ਆ ਘੋੜੇ ਜਦੋਂ ਮੈਂ ਪੂਨੇ ਫਲਮਾ ਕੇ ਆਇਆ ਸੀ ਤੇ ਮੈਂ ਤੁਹਾਨੂੰ ਇੱਕ ਗੱਲ ਆਖੀ ਸੀ ਬਈ ਜੇਕਰ ਇਹ ਘੋੜੇ ਪੰਜਾਬ ਹੁੰਦੇ ਤੇ ਦੁਨੀਆਂ ਦੇਦੇ ਹਲਾ ਪੂਨਾ ਗੱਲ ਕਰ ਤੂਰੀ ਪਾੜੀ ਐ ਇਹ ਬੱਚਾ ਜਿਹਦਾ ਨਾਂ ਰਣਦੇਵ ਹੈ ਸੱਜਣੋ ਇਹ ਪੂਨੇ ਤੋਂ ਸਿੱਧਾ ਪੰਜਾਬ ਆ ਗਿਆ ਤੇ ਪੰਜਾਬ 'ਚ ਸਿੱਧਾ ਅਜਨਾਲੇ ਆ ਗਿਆ ਤੇ ਅਜਨਾਲੇ ਆ ਗਿਆ ਹੈ ਕਰਨ ਹੋਣਾ ਦੇ ਸਤਵੀਰ ਹੋਣਾ ਦੇ ਫਾਰਮ ਤੇ ਸਜਣੋ ਨੰਬਰ ਤੁਹਾਡੀ ਸਕਰੀਨ ਤੇ ਹੈ 64 ਇੰਚ ਦਾ ਸਜਣੋ ਘੋੜਾ ਇਹ ਤੇ ਆਪਣੇ ਪੰਜਾਬ ਵਾਲੇ ਰਤਨਾਕਰ ਦਾ ਬੱਚਾ ਹੈ ਰਤਨਾਕਰ ਦੀ ਆਪਦੀ ਗਰਦਨ ਵੀ ਰਿਕਾਰਡ ਸੀ ਤੇ ਉਵੇਂ ਹੀ ਇਸ ਘੋੜੇ ਦੀ ਜਿਹੜੀ ਬਿਊਟੀ ਆ ਇਹਦੀ ਗਰਦਨ ਆ ਉਹ ਤੁਹਾਨੂੰ ਰਿਕਾਰਡ ਗਰਦਨ ਬਹੁਤ ਲੰਬੀ ਉੱਚੀ ਗਰਦਨ ਕੰਨ ਕੰਨ ਬਹੁਤ ਸੋਹਣਾ ਤੇ ਸਰੀਰ ਦੀ ਬਹੁਤ ਜ਼ਿਆਦਾ ਬੱਚੇ ਦੇ ਵਿੱਚ ਮਜ਼ਬੂਤੀ ਮਿਲੂਗੀ। ਇਹ ਘੋੜਾ ਐਸ ਵਕਤ ਪੰਜਾਬ ਆ। ਫਿਰ ਸੁਣ ਲਓ ਅਜਨਾਲੇ ਦੇ ਵਿੱਚ ਸਤਵੀਰ ਹੁਣਾ ਦੇ ਫਾਰਮ ਤੇ ਆ। ਹੁਣੇ ਆਇਆ ਤਾਜ਼ਾਈ ਜੇ ਕਿਸੇ ਵੀ ਸਾਜਣ ਨੇ ਸਟੱਟ ਸਰਵਿਸ ਲੈਣੀ ਆ ਤੇ ਨੰਬਰ ਸਕਰੀਨ ਤੇ ਐਸ ਵਕਤ ਪੰਜਾਬ ਵਾਲਾ ਕਰਨ ਵਾਲਾ ਦਿਸਦਾ ਹੈ। ਤੁਸੀਂ ਫੋਨ ਲਾ ਕੇ ਸਟੱਡ ਸਰਵਿਸ ਇਹਦੀ ਲੈ ਸਕਦੇ ਆ ਸੱਜਣੋ ਤੇ ਦੂਜੀ ਗੱਲ ਇਹ ਘੋੜਾ ਉਥੇ ਪੂਨੇ ਦੇ ਵਿੱਚ ਵੀ ਬਹੁਤ ਚੰਗੀ ਬਰੀਡਿੰਗ ਕਰ ਰਿਹਾ ਸੀ ਇਹਦੇ ਬੱਚੇ ਆ ਜਿਹੜੇ ਉਹ ਪੂਨੇ 'ਚ ਵੀ ਬਹੁਤ ਸੋਹਣੇ ਆਏ ਆ ਤੇ ਪੂਨੇ 'ਚ ਵੀ ਦੂਰੋਂ ਦੂਰੋਂ ਘੋੜੀਆਂ ਇਹਦੇ ਕੋਲੇ ਆਉਂਦੀਆਂ ਸੀ ਕਿਉਂਕਿ ਬੱਚੇ ਇਹਨੇ ਜ਼ਿਆਦਾ ਪੰਜ ਕਲਿਆਣੇ ਹੀ ਬੱਚੇ ਪੈਦਾ ਕੀਤੇ ਆ ਪੰਜ ਕਲਿਆਣੇ ਖੋਦਾ ਪੰਜ ਕਲਿਆਣੇ ਬੱਚੇ ਹੀ ਪੈਦਾ ਕੀਤੇ ਆ ਇਸ ਘੋੜੇ ਨੇ ਇਹਦੀ ਬਿਊਟੀ ਦੀ ਜਿਹੜੀ ਮਸਾਲ ਆ ਉਹ ਇਹਦੇ ਬੱਚਿਆਂ ਦੇ ਵਿੱਚ ਇਸ ਤੋਂ ਵੱਧ ਕੇ ਮਿਲਦੀ ਆ ਇਹ ਪਿੱਛੇ ਨਹੀਂ ਹਟਦਾ ਬੱਚੇ ਪੈਦਾ ਕਰਨ ਚ ਇਸ ਤੋਂ ਅੱਗੇ ਜਾਂਦਾ ਬਾਈ ਨੇ ਲੱਕੀ ਨੇ ਪੂਨੇ ਵਾਲੇ ਨੇ ਇਹ ਖਰੀਦਿਆ ਸੀਗਾ ਪੁਸ਼ ਕਰ ਤੋਂ ਸਜਣ ਤੇ ਮੈਂ ਤੁਹਾਨੂੰ ਇਹਦੇ ਬੱਚਿਆਂ ਦੇ ਨਮੂਨੇ ਦਿਖਾਉਣਾ ਆ ਆ ਦੇਖੋ ਆ 15 14 ਮਹੀਨਿਆਂ ਦੀ ਬੱਚੀ ਸੀ ਜਦੋਂ ਮੈਂ ਇਹਦੀ ਵੀਡੀਓ ਬਣਾ ਕੇ ਆਇਆ ਸੀ ਸ਼ਾਇਦ ਇਹਦੂ ਵੀ ਘੱਟ ਹੋਵੇ ਇਹ ਬੱਚੀ ਦੀ ਹਾਈਟ ਆ ਜਿਹੜੀ ਜਿਹੜੀ ਪਹਿਲਾਂ ਵਾਲੀ ਦੀ ਆ ਉਹ 62 ਇੰਚ ਚ ਹੋਈ ਵੀ ਆ ਆ ਜਿਹੜੀ ਬਸ਼ੇਰੀ ਆ ਇਹ ਉਸ ਤੋਂ ਪਹਿਲਾਂ ਵਾਲੀ ਆ ਇਹ ਵੀ ਪੰਜ ਕਲਿਆਣੀ ਆ ਇਹਦੀ ਹਾਈਟ ਆ ਜਿਹੜੀ 63 ਇੰਚ ਚ ਹੋਈ ਵੀ ਆ ਇਸ ਕਰਕੇ ਇਹਦੇ ਇਹੋ ਜਿਹੇ ਬੱਚੇ ਆ ਸੰਪਰਕ ਕਰ ਲਿਓ